ਸੀ ਟੈਕ ਦਿਓ SSV Entertainment ਤੁਹਾਡਾ ਆਪਣਾ ਚੈਨਲ ਦੋਸਤੋ ਮੈਨੂੰ ਲੱਗਦਾ ਅੱਜ ਦੀ ਨੌਜਵਾਨ ਪੀੜ੍ਹੀ ਸ਼ਾਇਦ ਹਰਦੇਵ ਮਾਹੀ ਨੰਗਲ ਨੂੰ ਨਾ ਜਾਣਦੀ ਹੋਵੇ ਪਰ ਇੱਕ ਸਮਾਂ ਸੀ ਜਦੋਂ ਟੈਂਪੂਆਂ 'ਚ ਬੱਸਾਂ 'ਚ ਤੇ ਬੱਸ ਸੜੀਆਂ ਦੀਆਂ ਰੀਲਾਂ ਵਾਲੀਆਂ ਦੁਕਾਨਾਂ 'ਤੇ ਹਰਦੇਵ ਮਾਹੀ ਨੰਗਲ ਦੇ ਗਾਣੇ ਆਮ ਹੀ ਵੱਜਦੇ ਹੁੰਦੇ ਸੀ ਚਲੋ ਫਿਰ ਮੈਂ ਆਪਦੀ ਆਦਤ ਦੇ ਮੁਤਾਬਕ ਪਹਿਲਾਂ ਉਹਨਾਂ ਦੇ ਗੀਤ ਤੁਹਾਨੂੰ ਸੁਣਾ ਕੇ ਹੀ ਅੱਗੇ ਗੱਲ ਤੋਰਦਾ ਇੱਕ ਗੀਤ ਆ ਉਹਨਾਂ ਦਾ ਮੇਰੀ ਨੇੜੇ ਹੋ ਕੇ ਸੁਣ ਲੈ ਤੂੰ ਗੱਲ ਵੇ ਰੋਂਦੀ ਸੌਰਿਆਂ ਤੋਂ ਆਈ ਸੀ ਮੈਂ ਕੱਲ ਵੇ ਹਾਲ ਦਿਲ ਦਾ ਸੁਣੋ ਨਾ ਸਾਰਾ ਖੋਲ ਕੇ ਵੇ ਮੈਂ ਤਾਂ ਮੇਰੇ ਚਿੱਤ ਚੋਰ ਨੂੰ ਜਿਵੇਂ ਤੈਨੂੰ ਵੇ ਮਚਾਉਂਦੀ ਡੁੱਬ ਜਾਣਿਆ ਵੇ ਮਾਹੀ ਚਾਉਂਦਾ ਕਿਸੇ ਹੋਰ ਨੂੰ ਤੇ ਇੱਕ ਹੋਰ ਗਾਣਾ ਉਹਨਾਂ ਦਾ ਬਹੁਤ ਹਟ ਹੋਇਆ ਸੀ ਮੁਖਮਾਨੇ ਮੁਖਮਾਨੇ ਬੜੇ ਚਰਦਲ ਕੋਇਆ ਬਈ ਵੱਡੀ ਭਾਬੀ ਮਾਂ ਵਰਗੀ ਮਾਂ ਮਰੀਦਾ ਮਾਂ ਮਰੀਦਾ ਅਹਿਸਾਸ ਵੀ ਨਾ ਹੋਇਆ ਬਈ ਵੱਡੀ ਭਾਬੀ ਮਾਂ ਵਰਗੀ ਨਾ ਵੀ ਨਾ ਆਪਣੇ ਬਸ ਦਾ ਰੋਗ ਨਹੀਂ ਹੈ ਗਉਣਾ ਬਰ ਆਦਤੋਂ ਮਜਬੂਰ ਕਰਕੇ ਗਾ ਦੇਈਦਾ ਦੋਸਤੋ ਇਸ ਨਸ਼ੀਲੀਆਂ ਅੱਖਾਂ ਵਾਲੇ ਸਿੱਧੇ ਸਾਦੇ ਜੇ ਗਵਈਏ ਨੇ ਬਹੁਤ ਪੰਜਾਬੀ ਦਰਸ਼ਕਾਂ ਨੂੰ ਗਾਣੇ ਦਿੱਤੇ ਜਿਨ੍ਹਾਂ ਨੂੰ ਹਲੇ ਵੀ ਕਈ ਲੋਕੀ ਸੁਣਦੇ ਨੇ ਤੇ ਉਦੋਂ ਜਿਹੜਾ ਗਾਇਕਾਂ ਦਾ ਪੂਰ ਆਇਆ ਸੀ ਉਹ ਤਕਰੀਬਨ ਸਾਰੇ ਹੀ ਦੇਸੀ ਘਰਾਂ ਦੇ ਸਾਦੇ ਜੇ ਮੁੰਡੇ ਸੀ ਜਾਨੀ ਵਾਲੀਆਂ ਪਾ ਕੇ ਚੈਨੀਆਂ ਤੇ ਛਾਪਾਂ ਪਾ ਕੇ ਜਾਂ ਫਿਰ ਤਰ੍ਹਾਂ ਤਰ੍ਹਾਂ ਦੇ హెయిਰ ਕੱਟ ਕਰਵਾ ਕੇ ਤੇ ਟੈਟੂ ਪਵਾ ਕੇ ਗਉਣ ਵਾਲੇ ਨਹੀਂ ਸੀ ਤੇ ਹਰਦੇਵ ਮਾਹੀ ਨੰਗਲ ਦੇਖਣ ਨੂੰ ਤਾਂ ਬਹੁਤ ਸਾਦੇ ਲੱਗਦੇ ਸੀ ਪਰ ਉਹਨਾਂ ਦੀ ਆਵਾਜ਼ ਬਹੁਤ ਦਰਦ ਸੀ ਉਤੋਂ ਟਣਕ ਦੀ ਵੀ ਟੱਲੀ ਵਾਂਗੂ ਸੀ ਉਹਨਾਂ ਦੀ ਆਵਾਜ਼ ਤੇ ਇਸ ਸਾਉ ਜੇ ਗਵਈਏ ਦਾ ਜਨਮ ਪਿੰਡ ਮਾਹੀ ਨੰਗਲ ਜਿਹੜਾ ਤਲਵੰਡੀ ਸਾਬੋ ਦੇ ਕੋਲ ਪੈ ਜਾਂਦਾ ਤੇ ਜ਼ਿਲ੍ਹਾ ਲੱਗਦਾ ਇਹਨੂੰ ਬਠਿੰਡਾ ਉੱਥੇ ਸਰਦਾਰ ਗਰਬਖਸ਼ ਸਿੰਘ ਤੇ ਮਾਤਾ ਦਲੀਪ ਕੌਰ ਜੀ ਦੇ ਘਰ ਹੋਇਆ ਤੇ ਉਹਨਾਂ ਨੇ ਆਪ ਦੀ ਸਕੂਲ ਦੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਕਰਨ ਤੋਂ ਬਾਅਦ ਅੱਗੇ ਦੀ ਪੜ੍ਹਾਈ ਤਲਵੰਡੀ ਸਾਬੋ ਦੇ ਕਾਲਜ ਤੋਂ ਕੀਤੀ ਤੇ ਗਾਉਣ ਦਾ ਸ਼ੌਕ ਉਹਨਾਂ ਨੂੰ ਪ੍ਰਾਇਮਰੀ ਸਕੂਲ ਚੋਂ ਹੀ ਪੈ ਗਿਆ ਸੀ ਤੇ ਕਾਲਜ ਤੱਕ ਜਾਂਦੇ ਜਾਂਦੇ ਤਾਂ ਉਹ ਹਰੇਕ ਕਾਲਜ ਦੇ ਫੈਸਟੀਵਲਾਂ ਦੀ jaan ਬਣ ਗਏ ਸੀ ਤੇ ਜਿਹੜਾ ਉਹਨਾਂ ਨੂੰ ਬਹੁਤ ਛੋਟੀ ਉਮਰੇ ਗਾਇਕੀ ਦੇ ਵਿੱਚ ਇਨਾਮ ਮਿਲਿਆ ਸੀ ਉਹਨਾਂ ਨੇ ਹਲੇ ਵੀ ਆਪਦੇ ਘਰੇ ਸਾਹਮਣੇ ਰੱਖਿਆ ਹੋਇਆ ਪਰ ਇਹ ਇਨਾਮ ਮਾਹੀ ਨੰਗਲ ਨੂੰ ਬਿਨਾਂ ਮਿਹਨਤ ਤੋਂ ਨਹੀਂ ਮਿਲਿਆ ਸੀ ਉਹਦੇ ਲਈ ਉਹ ਰਾਗੀ ਮਲਾਪ ਸਿੰਘ ਜੀ ਹੋਣਾ ਤੋਂ ਪਹਿਲਾਂ ਝੜਕਾਂ ਖਾ ਖਾ ਕੇ ਗਾਉਣਾ ਸਿੱਖੇ ਫਿਰ ਤੁਹਾਨੂੰ ਪਤਾ ਹੀ ਆ ਉਸਤਾਦਾਂ ਦੇ ਚੰਡੇ ਹੋਏ ਨੂੰ ਇਨਾਮ ਤਾਂ ਮਿਲਦੇ ਹੀ ਹੁੰਦੇ ਨੇ ਫਿਰ ਜਦੋਂ ਹਰਦੇਵ ਮਾਹੀ ਨੰਗਲ ਜੀ ਨੇ ਆਪਦੀ ਪਹਿਲੀ ਰੀਲ ਝੂਠੀਏ ਜਹਾਨ ਦੀਏ ਗੋਇਲ ਕੰਪਨੀ 'ਚ ਰਿਲੀਜ਼ ਕੀਤੀ ਸੀ ਤਾਂ ਪਹਿਲੇ 2-3 ਦਿਨ ਇਹ ਕਿਸੇ ਨੇ ਖਰੀਦੀ ਹੋਈ ਨਹੀਂ ਸੀ ਕਿਉਂਕਿ ਉਦੋਂ ਮੇਜਰ ਰਾਜਸਥਾਨੀ ਰਣਜੀਤ ਮਣੀ ਤੇ ਦਵਿੰਦਰ ਕੋਹੇਨੂਰ ਹੋਣਾਂ ਦੀਆਂ ਰੀਲਾਂ ਬਹੁਤ ਚਲਦੀਆਂ ਹੁੰਦੀਆਂ ਸੀ ਤੇ ਜਦੋਂ ਸ਼ੁਰੂ ਦੇ ਦਿਨਾਂ 'ਚ ਇਹ ਰੀਲ ਕਿਸੇ ਨੇ ਨਾ ਖਰੀਦੀ ਫਿਰ ਹਰਦੇਵ ਮਾਹੀ ਨੰਗਲ ਨੇ ਜਲੰਧਰ ਦੂਰਦਰਸ਼ਨ ਤੇ ਇਸ ਰੀਲ ਦਾ ਗਾਣਾ ਚਲਾਉਣ ਦਾ ਮਨ ਬਣਾ ਲਿਆ ਕਿਉਂਕਿ ਉਹਨਾਂ ਨੂੰ ਆਪਦੀ ਗਾਇਕੀ ਤੇ ਪੂਰਾ ਯਕੀਨ ਸੀ ਕਿ ਜੇ ਇੱਕ ਵਾਰੀ ਲੋਕੀ ਮੇਰੀ ਆਵਾਜ਼ ਸੁਣ ਲੈਣਗੇ ਤਾਂ ਜ਼ਰੂਰ ਪਸੰਦ ਕਰਨਗੇ ਤੇ ਉਦੋਂ ਜਲੰਧਰ ਦੂਰਦਰਸ਼ਨ ਤੇ ਗਾਣਾ ਗਾਉਣ ਨੂੰ ਵੀ ਕਈ ਜਿਗਾਰਡ ਲਾਉਣੇ ਪੈਂਦੇ ਸੀ ਤੇ ਇਸੇ ਵਿਸ਼ੇ ਤੇ ਮਾਹੀ ਨੰਗਲ ਜੀ ਨੇ ਆਪਦੇ ਦੋਸਤ ਅਮਰਦੀਪ ਗੱਲ ਜੋ ਗੀਤਕਾਰ ਤੇ ਪੰਜਾਬੀ ਫਿਲਮਾਂ ਦੇ ਡਾਇਰੈਕਟਰ ਨੇ ਉਹਨਾਂ ਨਾਲ ਗੱਲ ਕੀਤੀ ਤਾਂ ਅਮਰਦੀਪ ਗੱਲ ਜੀ ਨੇ ਆਪ ਚਿੱਠੀ ਲੈ ਕੇ ਮਾਹੀ ਨੰਗਲ ਜੀ ਨੂੰ ਦਿੱਤੀ ਤੇ ਬੰਦੇ ਦਾ ਨਾਂ ਦੱਸਿਆ ਕਿ ਤੂੰ ਇਹ ਚਿੱਠੀ ਉਹਨਾਂ ਨੂੰ ਜਾ ਕੇ ਦੇ ਦੇ ਦੀ ਤੇ ਮਾਹੀ ਨੰਗਲ ਸਾਹਿਬ ਨੇ ਉਵੇਂ ਹੀ ਕੀਤਾ ਤੇ ਸਾਰਾ ਕੁਝ ਤੈ ਹੋ ਗਿਆ ਤੇ ਦੂਰਦਰਸ਼ਨ ਵਾਲਿਆਂ ਨੇ ਕੁੱਲ 7000 ਰੁਪਏ ਦਾ ਖਰਚਾ ਦੱਸਿਆ ਕਿ ਤੁਸੀਂ ਇਹਦਾ ਇੰਤਜ਼ਾਮ ਕਰਕੇ ਆ ਜਿਓ ਉਦੋਂ 7000 ਰੁਪਏ ਕੋਈ ਛੋਟੀ ਰਕਮ ਨਹੀਂ ਹੁੰਦੀ ਸੀ ਤੇ ਮਾਹੀ ਨੰਗਲ ਸਾਹਿਬ ਨੇ ਆ ਕੇ ਗੋਇਲ ਕੈਸਟ ਕੰਪਨੀ ਦੇ ਮਾਲਕ ਨਾਲ ਪੈਸਿਆਂ ਬਾਬਤ ਗੱਲ ਕੀਤੀ ਤੇ ਉਹਨਾਂ ਨੇ ਝਗਾਈ ਚੱਕਦਾ ਮੁਰਿਓ ਕਹਿੰਦੇ ਰੀਲ ਤੇਰੀ ਇੱਕ ਨਹੀਂ ਵੀ ਕੀਤੀ ਤੇ 7000 ਰੁਪਏ ਤੇਰੇ ਤੇ ਹੋੜ ਡੋਧਿਆ ਪਰ ਹਰਦੇਵ ਮਾਹੀ ਨੰਗਲ ਘਬਰਾਇਆ ਨਹੀਂ ਤੇ ਨਾ ਹੀ ਡੋਲਿਆ ਫੇਰ ਕੁਝ ਪੈਸੇ ਆਪ ਦੇ ਘਰਦਿਆਂ ਤੋਂ ਕੋਈ ਯਾਰਾਂ ਦੋਸਤਾਂ ਤੋਂ ਇਕੱਠੇ-ਕੁੱਠੇ ਕਰਕੇ ਆਪ ਦਾ ਗਾਣਾ ਦੂਰਦਰਸ਼ਨ ਤੇ ਗਾ ਕੇ ਉਹ ਆਗੇ ਤੇ ਜਿਹੜੀ ਰਾਤ ਨੂੰ ਉਹਨਾਂ ਦਾ ਗਾਣਾ ਟੀਵੀ ਤੇ ਆਇਆ ਅਗਲੇ ਦਿਨ ਚੜ੍ਹਦੇ ਸਾਰ ਰੀਲਾਂ ਦੀਆਂ ਦੁਕਾਨਾਂ ਤੇ ਮਾਹੀ ਨੰਗਲ ਦਾ ਹੀ ਗਾਣਾ বাজਦਾ ਸੀ ਉਦੋਂ ਬਾਅਦ ਹਰਦੇਵ ਮਾਹੀ ਨੰਗਲ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਫੇਰ ਤਾਂ ਧੜਾ ਧੜਾ ਮਾਰਕੀਟ 'ਚ ਉਹਨਾਂ ਦੀਆਂ ਰੀਲਾਂ ਆਈਆਂ ਜਿਨ੍ਹਾਂ 'ਚੋਂ ਪ੍ਰਮੁੱਖ ਨੇ ਝੂਠੀਏ ਜਹਾਨ ਦੀਏ ਆਸ਼ਕ ਨੂੰ ਫਾਂਸੀ ਵੱਡੀ ਭਾਬੀ ਮਾਂ ਵਰਗੀ ਦਿਲ ਦੀ ਗੱਲ ਰੀਵਨ ਗਿਆ ਨਾ ਕਟਿਆ ਮਾਹੀ ਚਾਹੁੰਦਾ ਕਿਸੇ ਹੋਰ ਨੂੰ ਵਿਛੜੇ ਨਾ ਮਰ ਜਾਈਏ ਸੋਹਣੀਆਂ ਜੱਟੀਆਂ ਜਵਨ ਜਿੰਨੇ ਟੁਕੜੇ ਹੋਣੇ ਦਿਲ ਦੇ ਘੁੱਗੀਆਂ ਦਾ ਜੋੜਾ ਪਿਆਰ ਤੇਰਾ ਨਸੀਬੋ ਹੋਕਾ ਲਵ ਐਂਡ ਬ੍ਰੇਕਅਪ ਤੇ ਧਾਰਮਿਕ ਰੀਲ ਚੱਲ ਚੱਲੀਏ ਗੁਰਦੁਆਰੇ ਪ੍ਰਮੁੱਖ ਨੇ ਤੇ ਇੱਕ ਹਰਦੇਵ ਮਾਹੀ ਨੰਗਲ ਦੀ ਹੋਰ ਖਾਸ ਗੱਲ ਆ ਕਿ ਉਹ ਕਿਸੇ ਤੋਂ ਨਾ ਤਾਂ ਈਰਖਾ ਕਰਦੇ ਨੇ ਤੇ ਨਾ ਹੀ ਆਏ ਸਮਝਦੇ ਆ ਕਿ ਜੇ ਮੇਰੇ ਵਰਗਾ ਕੋਈ ਹੋਰ ਗਾਉਣ ਵਾਲਾ ਮਾਰਕੀਟ 'ਚ ਆ ਗਿਆ ਤਾਂ ਮੇਰਾ ਤਾਂ ਕੰਮ ਬੰਦ ਹੋ ਜਾਣਾ ਮੇਰਾ ਤਾਂ ਨੁਕਸਾਨ ਹੋ ਜਾਣਾ ਸਮਾਂ ਉਹਨਾਂ ਨੇ ਆਪ ਧਰਮਪ੍ਰੀ ਤਰਗੇ ਅਦਾਸ ਗੀਤਾਂ ਨੂੰ ਗਾਉਣ ਵਾਲੇ ਗਵਿੰਜਾਂ ਨੂੰ ਮਾਰਕੀਟ 'ਚ ਲਿਆਂਦਾ ਤੇ ਵੀਰ ਦਵਿੰਦਰ ਦੀ ਤਾਂ ਰੀਲ ਤੇ ਪੈਸੇ ਵੀ ਆਪ ਹੀ ਲਾਇਏ ਸੀ ਕੋਲੋਂ ਏਸੇ ਆਦਤ ਕਰਕੇ ਹੀ ਮੇਜਰ ਰਾਜਸਥਾਨੀ ਧਰਮਪ੍ਰੀਤ ਤੇ ਹੋਰ ਵੀ ਬਟਿੰਡੇ ਇਲਾਕੇ ਦੇ ਗਾਣ ਵਾਲੇ ਹਰਦੇਵ ਮਾਹੀ ਨੰਗਲ ਦਾ ਬਹੁਤ ਸਤਿਕਾਰ ਕਰਦੇ ਆ ਜਾਨੀ ਮਾਹੀ ਨੰਗਲ ਸਾਹਿਬ ਨੇ ਪੈਸਾ ਵੀ ਕਮਾਇਆ ਤੇ ਇੱਜ਼ਤ ਵੀ ਬਹੁਤ ਕਮਾਈ ਅੱਜ ਕੱਲ ਉਹ ਆਪਦੀ ਧਰਮ ਪਤਨੀ ਸਰਬਜੀਤ ਕੌਰ ਦੋ ਬੇਟੀਆਂ ਤੇ ਇੱਕ ਬੇਟੇ ਨਾਲ ਨਿਊਜ਼ੀਲੈਂਡ ਦੇਸ਼ 'ਚ ਰਹਿੰਦੇ ਨੇ ਤੇ ਅਸੀਂ ਬਾਈ ਹਰਦੇਵ ਮਾਹੀ ਨੰਗਲ ਨੂੰ ਬੇਨਤੀ ਕਰਦੇ ਆ ਕਿ ਵੀਰ ਸਾਲ ਚ ਇੱਕ ਦੋ ਗਾਣੇ ਤਾਂ ਆਪਦੇ ਚਾਹਣ ਵਾਲਿਆਂ ਨੂੰ ਦੇ ਦਿਆ ਕਰੋ ਤੁਹਾਡੇ ਲੱਖਾਂ ਕਰੋੜਾਂ ਫੈਨ ਆ ਜਿਹੜੇ ਤੁਹਾਨੂੰ ਅੱਜ ਵੀ ਪਸੰਦ ਕਰਦੇ ਨੇ ਤੇ ਤੁਹਾਡੇ ਗਾਣਿਆਂ ਦੀ ਅਡੀ ਕਰ ਰਹੇ ਨੇ ਇਸ ਬੇਨਤੀ ਤੇ ਗੌਰ ਕਰਿਓ ਤੇ ਅੱਜ ਦਾ ਪ੍ਰੋਗਰਾਮ ਆਪਾਂ ਬਾਈ ਦੇ ਇੱਕ ਗਾਣੇ ਨਾਲ ਖਤਮ ਕਰਾਂਗੇ ਬਸ ਮੇਰੀ ਗਾਇਕੀ ਨੂੰ ਔਖੇ ਸੋਖੇ ਬਰਦਾਸ਼ਤ ਕਰ ਲਿਓ ਤੇ ਉਹ ਗਾਣਾ ਵੇ ਮੈਂ ਕੁੜੀ ਗਰੀਬਾਂ ਦੀ ਮੈਨੂੰ ਪਿਆਰ ਨਾ ਮੁੰਡਿਆ ਕਰ ਵੇ ਵੇ ਤੂੰ ਪਾਸਾ ਵਟ ਜੇਗਾ ਵੇਖ ਸਾਡਾ ਕੱਚੀਆਂ ਇਟਾਂ ਦਾ ਕਰ ਵੇ ਵੇ ਮੈਂ ਕੁੜੀ ਗਰੀਬਾਂ ਦੀ ਮੈਨੂੰ ਪਿਆਰ ਨਾ ਮੁੰਡਿਆ ਕਰ ਵੇ ਜਿਉਂਦੇ ਵਸਦੇ ਰਹੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਰੱਬ ਰੱਖਾ ਦੋਸਤੋ